ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬ ਜੀ ਕੇ ਯੂਟਿਊਬ ਚੈਨਲ। ਦੋਸਤੋ, ਜਿਵੇਂ ਤੁਹਾਨੂੰ ਪਤਾ ਕਿ ਪੰਜਾਬ ਵਿੱਚ ਅਧਿਆਪਕਾਂ ਦੀ ਭਰਤੀ ਚੱਲ ਰਹੀ ਹੈ ਮਾਸਟਰ ਗ੍ਰੇਡਰ ਅਤੇ ETT ਟੀਚਰ ਲਈ। ਦੋਸਤੋ, ਇਹ ਵੀਡੀਓ ਉਹਨਾਂ ਕੈਂਡੀਡੇਟਸ ਲਈ ਆ ਜਿਨ੍ਹਾਂ ਦਾ ਚਲਾਨ ਹਜੇ ਤੱਕਰ ਵੈਰੀਫਾਈ ਨਹੀਂ ਹੋਇਆ, ਜਿਨ੍ਹਾਂ ਨੇ ਪੇਮੈਂਟ ਭਰੀ ਹੈ ਅਤੇ ਉਹ ਵੈਰੀਫਾਈ ਨਹੀਂ ਹੋਈ। ਦੋਸਤੋ, ਤੁਹਾਡੀ ਪੇਮੈਂਟ ਵੈਰੀਫਾਈ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਵਿਭਾਗ ਦੀ ਵੈਬਸਾਈਟ ਐਜੂਕੇਸ਼ਨ ਰਿਕੁਆਇਰਮੈਂਟ ਬੋਰਡ 'ਤੇ ਜਾਣਾ ਪਊਗਾ। ਉੱਥੇ ਇੱਕ ਸਰਕੂਲਰ ਜਾਰੀ ਹੋਇਆ, ਸਭ ਤੋਂ ਪਹਿਲਾਂ ETT ਟੀਚਰਾਂ ਬਾਰੇ ਦੱਸ ਦਿੰਦੇ ਵੀ ਕੀ ਸਰਕੂਲਰ ਜਾਰੀ ਹੋਇਆ। ਦੋਸਤੋ, ਜਦੋਂ ਅਸੀਂ ਇੱਥੇ ਕਲਿੱਕ ਕਰਦੇ ਹਾਂ ਤਾਂ ਇੱਥੇ ਇਹਨਾਂ ਨੇ ਲਿਖਿਆ ਹੈਗਾ ਪੇਮੈਂਟ ਬਾਰੇ, ਇਫ ਐਨੀ ਆਫ ਦੀ ਕੈਂਡੀਡੇਟ ਹੈ ਪੇਮੈਂਟ ਰਿਲੇਟਡ ਇਸ਼ੂ, ਸੈਂਡ ਕਾਪੀ ਆਫ ਬ੍ਰਾਂਚ ਚਲਾਨ ਐਟ ਦਾ ਰੇਟ punjabeducation.gov.in। ਦੋਸਤੋ, ਈਮੇਲ ਆਈਡੀ ਦਿੱਤੀ ਤੁਸੀਂ ਇਸ ਈਮੇਲ ਆਈਡੀ 'ਤੇ, ਜੋ ਤੁਹਾਨੂੰ ਬ੍ਰਾਂਚ ਦੇ ਵਿੱਚ ਚਲਾਨ ਦੀ ਕਾਪੀ ਮਿਲੀ ਆ ਉਹ ਤੁਸੀਂ ਇਸ ਈਮੇਲ ਆਈਡੀ 'ਤੇ ਸੈਂਡ ਕਰਨੀ। ਇਸ ਤੋਂ ਬਾਅਦ ਵਿਭਾਗ ਤੁਹਾਡਾ ਪੇਮੈਂਟ ਵੈਰੀਫਾਈ ਕਰ ਦਊਗਾ। ਇਸੇ ਤਰ੍ਹਾਂ ਹੀ ਤੁਸੀਂ ਮਾਸਟਰ ਕੇਡਰ ਵਾਲਿਆਂ ਦੀ ਦਿੱਤਾ ਹੈਗਾ, ਇਹਨਾਂ ਨੇ ਵੀ ਉਸ ਸੇਮ ਈਮੇਲ ਆਈਡੀ ਦਿੱਤੀ, ਇਹਨਾਂ ਨੇ ਵੀ ਲਿਖਿਆ ਇਫ ਐਨੀ ਆਫ ਦੀ ਕੈਂਡੀਡੇਟ ਹੈਵ ਪੇਮੈਂਟ ਰਿਲੇਟਡ ਇਸ਼ੂ, ਸੈਂਡ ਕਾਪੀ ਆਫ ਬੈਂਕ ਚਲਾਨ@punjabeducation.gov.in ਈਮੇਲ ਆਈਡੀ। ਦੋਸਤੋ, ਇਸ ਈਮੇਲ ਆਈਡੀ 'ਤੇ ਤੁਸੀਂ ਚਲਾਨ ਦੀ ਕਾਪੀ ਉਹਨਾਂ ਨੂੰ ਮੇਲ ਕਰ ਦੇਣੀ ਹੈ। ਇਸ ਤੋਂ ਬਾਅਦ ਵਿਭਾਗ ਤੁਹਾਡਾ ਚਲਾਨ ਦੇਖ ਕੇ ਤੁਹਾਡੀ ਪੇਮੈਂਟ ਵੈਰੀਫਾਈ ਕਰ ਦੇਵੇਗਾ। ਦੋਸਤੋ, ਇਹ ਵੀਡੀਓ ਬਹੁਤ ਜ਼ਰੂਰੀ ਹੈ, ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਉ ਤਾਂ ਜੋ ਚਲਾਨ ਦੇ ਇਸ਼ੂ ਕਾਰਨ ਪੇਮੈਂਟ ਹਜੇ ਵੈਰੀਫਾਈ ਨਹੀਂ ਹੋ ਰਹੀ ਅਤੇ ਸਾਰੇ ਕੈਂਡੀਡੇਟ ਘਬਰਾ ਰਹੇ ਵੀ ਪਤਾ ਨਹੀਂ ਕੀ ਕਰਨਾ, ਅਤੇ ਉਹਨਾਂ ਨੂੰ ਇਹ ਜਾਣਕਾਰੀ ਮਿਲ ਜਾਵੇ ਅਤੇ ਆਪਣੇ ਚਲਾਨ ਦੀ ਕਾਪੀ ਵਿਭਾਗ ਤੱਕ ਇਸ ਈਮੇਲ ਰਾਹੀਂ ਭੇਜ ਦੇਣ। ਧੰਨਵਾਦ।